ਜਿਹੜਾ ਸੂਟ ਆ ਜਿਹੜਾ ਇਹ ਮੈਂ ਅੱਜ ਪਾਇਆ ਤਾਂ ਮੈਂ ਸ਼ੂਟ ਕਰਨ ਲੱਗੀ ਸੀ ਇਹ ਹੈਗਾ ਰਿਵਾਈਵ ਬਾਈ ਕਿਰਨ ਐਂਡ ਮੈਨੂੰ ਬਹੁਤ ਬਹੁਤ ਜ਼ਿਆਦਾ ਸੋਹਣਾ ਲੱਗ ਰਿਹਾ ਮੈਨੂੰ ਵੀ ਬਹੁਤ ਸੋਹਣਾ ਲੱਗਿਆ ਇਹ ਸੂਟ ਬਹੁਤ ਜ਼ਿਆਦਾ ਸੋਹਣਾ ਬਹੁਤ ਪਿਆਰਾ ਲੱਗ ਰਿਹਾ ਮਤਲਬ ਫਿਟਿੰਗ ਫਿਟਿੰਗ ਸਾਰਾ ਕੁਝ ਆਨ ਹਨਾ ਘੈਂਟਾ ਪੂਰੀ ਇਫ ਯੂ ਵਾਂਟ ਟੂ ਆਰਡਰ ਕੰਟੈਕਟ ਸੋ ਗੈਸ ਹੁਣ ਮੈਂ ਸ਼ੂਟ ਕਰਨ ਲੱਗੇ ਸ਼ੂਟ ਕਰਕੇ ਉਸ ਤੋਂ ਬਾਅਦ ਅਸੀਂ ਕੋਮਲ ਕੇ ਘਰੇ ਜਾਣਾ ਕਿਉਂਕਿ ਉਹਦੇ ਰੋਮੀ ਦੇ ਮੰਮੀ ਡੈਡੀ ਆਏ ਨੇ ਯੈਸ ਤੇ ਉਹਨਾਂ ਨੂੰ ਮਿਲ ਕੇ ਆਉਣਾ ਉਦੋਂ ਤੇ ਗਏ ਨਹੀਂ ਅਸੀਂ ਸਾਨੂੰ ਕੰਮ ਜੇ ਕਾਫੀ ਸੀਗੇ ਕਿਉਂਕਿ ਜਦੋਂ ਬੰਦਾ ਇੰਡੀਆ ਚੱਲ ਜਾਂਦਾ ਨਾ ਬਹੁਤ ਕੰਮ ਪੈ ਜਾਂਦੇ ਪਿੱਛੋਂ ਦੀ ਆ ਕੇ ਹਾਂ ਉਹਨਾਂ ਨੂੰ ਹੋ ਗਏ 10-15 ਦਿਨ ਸੋ ਅੱਜ ਜਾਵਾਂਗੇ 10 ਕ ਦਿਨ ਆ ਜਾ ਹੋਣੇ ਆ ਤੇ ਅੱਜ ਅਸੀਂ ਉਹਨਾਂ ਨੂੰ ਮਿਲਣ ਜਾਵਾਂਗੇ ਫਿਰ ਰਸਤੇ ਚ ਕੋਮਲ ਨੂੰ ਪਿਕ ਕਰਕੇ ਜਾਣਾ ਉਹਦੀ ਮੀਟਿੰਗ ਚੱਲ ਰਹੀ ਹੈ ਕਿਤੇ ਤੇ ਉੱਥੋਂ ਅਸੀਂ ਉਹਨੂੰ ਪਿਕ ਕਰਕੇ ਜਾਵਾਂਗੇ ਸੋ ਸ਼ੂਟ ਹੋ ਗਿਆ ਸੀਗਾ ਡਨ ਕਾਲੀ ਕਾਲੀ ਚ ਕਰ ਲਿਆ ਐਂਡ ਉਸ ਤੋਂ ਬਾਅਦ ਮੈਨੂੰ ਅੱਜ ਇੰਨਾ ਸੋਹਣਾ ਲੱਗ ਰਿਹਾ ਮੇਰਾ ਸੂਟ ਤੇ ਹੁਣ ਅਸੀਂ ਚੱਲੇ ਆ ਜੀ ਕੋਮਲ ਨੂੰ ਪਿਕ ਕਰਾਂਗੇ ਰਸਤੇ ਚ ਫੇਰ ਜਾਵਾਂਗੇ ਉਹਨਾਂ ਦੇ ਘਰੇ ਐਂਡ ਮਿਲਾਂਗੇ ਆਂਟੀ ਅੰਕਲ ਜੀ ਅਜੇ ਫਲਾਵਰਸ ਵਗੈਰਾ ਵੀ ਨਹੀਂ ਲਏ ਉਹ ਵੀ ਨਾਲ ਹਾਂ ਫਲਾਵਰਸ ਲੈਣੇ ਆ ਨਾਲ ਹੀ ਕੋਮਲ ਨੂੰ ਚੱਕ ਹੀ ਲੈਣੇ ਪੜਗੇ ਨਹੀਂ ਲੇਟ ਟਾਈਮ ਹੋ ਗਿਆ ਹਾਂ ਨਹੀਂ ਤਾਂ ਲੇਟ ਹੋ ਜਾਣਗੇ ਬਟ ਯਾਲਾ ਬਣ ਗਿਆ ਹੈਲੋ 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 ਹੀਟਰ ਲਾ ਲੋ ਇੰਦਾ ਤੁਹਾਡਾ ਕੀ ਡਾਇਲੌਗ ਸੀ ਮੈਂ ਤੂੰ ਸੀਟ ਦੱਸ ਕਿਹੜੀ ਗਰਮ ਕਰਨੀ ਹੈ ਕਿਹੜੀ ਸੀਟ ਤੇ ਬੈਠੀ ਹਾਂ ਉਹ ਸੀਟ ਕਿਹੜੀ ਤੇ ਬੈਠੀ ਹਾਂ ਤੂੰ ਬੋਲ ਆ ਚੀ ਘੰਟਾ ਬਾਬੇ ਦੇ ਸਾਰੀ ਨਹੀਂ ਪੈਣਾ ਸੀ ਪਿਆ ਨਹੀਂ ਮੈਂ ਤਾਂ ਅੰਦਰ ਹੀ ਸੀ ਥੋੜਾ ਥੋੜਾ ਕਣੀਆਂ ਹੀ ਪਈਆਂ ਸੀ ਆਏ ਸੁਣਾ ਸੀ ਆਏ ਚਰਚਨ ਸ਼ਾਪਿੰਗ ਸੈਂਟਰ ਇੱਧਰ ਪੰਜਾਬੀ ਸੂਟ ਚ ਪਹਿਲਾਂ ਸੰਗਰੀ ਸੀ ਕਹਿੰਦੀ ਜਾਵਾਂ ਕਿ ਨਾ ਜਾਵਾਂ ਅਸੀਂ ਲੈਣਾ ਜੀ ਕੇਕ ਰੋਮੀ ਨੇ ਮੰਮੀ ਡੈਡੀ ਇੰਡੀਆ ਤੋਂ ਆਇਆ ਮੈਨੂੰ ਤਾਂ ਆਹ ਵਾਲਾ ਕਿਊਟ ਲੱਗ ਰਿਹਾ ਹਾਂ ਇਹ ਵੀ ਅਸੀਂ ਸੋਚ ਰਹੇ ਸੀ ਕੋਮਲ ਤੇ ਗਿੰਨੂ ਦਾ ਚਲੋ ਲੈ ਲਾ ਗਿੰਨੂ ਕੇਕ ਲੈ ਲਿਆ ਜੀ ਇਹਨਾਂ ਨੇ ਆ ਲਿਆ ਤੇ ਬਰਗਰ ਲਏ ਨੇ ਥੋੜੇ ਛੋਟੇ ਹੈਸ਼ ਬ੍ਰਾਊਨ ਬਰਗਰ ਭੁੱਖ ਬੜੀ ਲੱਗੀ ਆ ਖਾ ਕੇ ਦੇਖਿਓ ਯਮੀ ਇਹਨਾਂ ਨੂੰ ਕਲੀ ਸਪੰਜ ਜੀ ਘੱਟ ਮਿੱਠਾ ਜਾਂ ਪਸੰਦ ਆ ਨਾ ਆ ਖਾ ਕੇ ਦੇਖੋ ਇੰਨੀ ਯਮ ਹੁੰਦੀ ਆ ਬੌਨ ਬੌਨ ਸੇ ਦੇਖੀ ਓਏ ਕੰਮ ਨਹੀਂ ਕਰ ਰਿਹਾ ਇਸ ਵਾਰੀ ਬਹਿ ਕੇ ਖਾ ਲੋ ਸਜੈਸਟ ਵੀ ਕੀ ਲਵਾਂ ਚਲੋ ਸੋ ਗਾਇਸ ਹੁਣ ਅਸੀਂ ਲੈਣੇ ਆ ਫਲਾਵਰਸ ਅਸੀਂ ਉਹ ਬੰਦੇ ਦੇ ਨਾਲ ਹੀ ਲੈ ਰਹੇ ਹਾਂ ਜਿਨ੍ਹਾਂ ਦੇ ਘਰੇ ਦੇਣਾ ਸਾਰਾ ਕੁਝ ਮੈਂ ਕਿਹਾ ਕੋਮਲ ਤੂੰ ਤਾਂ ਸਾਡੇ ਘਰ ਦਾ ਬੰਦਾ ਤੈਨੂੰ ਨਹੀਂ ਕੁਝ ਹੋਣਾ ਚਾਹੀਦਾ ਪਤਾ ਇਹ ਸਾਰਿਆਂ ਦੇਣਾ ਹਾਂ ਚਲੋ ਜੀ ਕਿਹੜੇ ਵਾਲੇ ਲੈਣੇ ਆ ਉਹ ਵਧੀਆ ਲੱਗ ਰਿਹਾ ਮੈਨੂੰ ਆਹ ਵਾਲੇ ਜ਼ਿਆਦਾ ਵਧੀਆ ਲੱਗ ਰਿਹਾ ਆਹ ਵਾਲੇ ਉਹ ਲੈ ਲਓ ਉਹ ਤੇ ਦੂਜਾ ਹਨਾ ਜੱਡੋ ਬਰਾ ਆ ਲੈ ਲਓ ਨਾਲ ਮੇਰੇ ਕੰਮ ਆਊ ਵੀ ਬਾਅਦ ਚ ਲਾ ਲਾਂਗੇ ਕਿੰਨੀ ਪ੍ਰੀਟੀ ਲੱਗ ਰਹੀ ਹੈ ਫਲਾਵਰਸ ਨਾਲ ਹਾਂ ਸੂਟ ਪਾ ਕੇ ਫਲਾਵਰਸ ਲੈ ਕੇ ਆ ਸੁੰਬਰ ਦੀ ਜਾਂਦੀ ਹੈ ਚਰਚਨ ਸਾਰਾ ਚੱਕ ਲੈਣ ਉੱਤੇ ਪੜਾਈ ਸ਼ਾਪਿੰਗ ਟੁਡੇ ਕੈਜੂ ਮੇਰੀ ਗੱਲ ਸੁਣ ਆ ਬੈਗ ਦੋ ਰੰਗ ਦੇ ਲੈਣ ਦੀ ਕੀ ਲੋੜ ਹੈ ਇੱਕ ਚੀਜ਼ ਲੈ ਲੈਣਾ ਚੇਂਜ ਮੈਨੂੰ ਕਦੋਂ ਦੀ ਚਾਹੀਦੀ ਸੀਗੀ ਹੈਵੀ ਮੈਟਲ ਉਸਤਾਦ ਫਿਰ ਇੱਕ ਲੈ ਲੈਣਾ ਆ ਕਲਰ ਸੋਹਣਾ ਗ੍ਰੀਨ ਵਾਈਟ ਰਹਿ ਜਾਂਦੇ ਹੈਗਾ ਤਾਂ ਸਹੀ ਦਾ ਕੋ ਵਾਈਟ ਵਾਈਟ ਦੇ ਹੱਕ 'ਚ ਨਹੀਂ ਹੈਗਾ ਮੈਂ ਇਹਦੀ ਚੇਨ ਰਿਮੂਵੇਬਲ ਆ ਨਹੀਂ ਫਿਰ ਸੌਰੀ ਕੀ ਜੇ ਰਿਮੂਵੇਬਲ ਹੁੰਦੀ ਫਿਰ ਮੈਂ ਇੱਕ ਲੈ ਲੈਂਦੀ ਹੁਣ ਹੁਣ ਮੈਂ ਦੋਨੋਂ ਅੱਛਾ ਦੋਨੋਂ ਹੀ ਨਹੀਂ ਲੈ ਰਹੀ ਦੋਨੋਂ ਲਓਗੀ ਅੱਛਾ ਕੋਮਲ ਕਹਿੰਦੀ ਹਮੇਸ਼ਾ ਤੈਨੂੰ ਫਾਇਦਾ ਕਿਉਂ ਹੋ ਜਾਂਦਾ ਕਹਿੰਦੀ ਤੂੰ 30 ਦੇ ਦੋ ਲਏ ਮੈਂ 20 ਦਾ ਇੱਕ ਲੈ ਕੇ ਗਈ ਸੀ ਕਹਿੰਦੀ ਹੱਥ ਲਾ ਦੇ ਕਹਿੰਦੀ ਵੀ ਕੀ ਬਤਾ ਉਦੋਂ ਵੀ ਸਸਤਾ ਹੋ ਜਾ 30 ਦੇ ਦੋ ਨਾਲ ਕੇਰਿੰਗ ਵੀ ਲੈਨੇ
ਗਲਤੀ ਨਾਲ ਮਿਲ ਲਗਾ ਨਾ ਇੱਕ ਦਾ ਚਾਰਜ ਕੀਤਾ ਦੋ ਨਹੀਂ ਨਹੀਂ ਦੋ ਦੇ ਕੀਤਾ 1% ਆਫ ਹਾਂ ਪਰਸੈਂਟ ਤੂੰ ਹੱਥ ਲਾ ਕੇ ਦੇ ਦੇ ਇਹਨੂੰ ਬੱਚਾ ਸਸਤਾ ਹੋ ਗਈ ਕਿਰਪਾ ਹੋ ਗਈ ਇਹ ਪਤਾ ਨਹੀਂ ਕਿੱਥੇ ਘੁੰਮਦੀਆਂ ਫਿਰੀ ਜਾਂਦੀਆਂ ਨੇ ਚੱਲ ਮੈਂ ਤੁਹਾਨੂੰ ਸਾਰੇ ਕਿਤੇ ਲੱਭ ਲਿਆ ਨਾ ਤੁਸੀਂ ਫੋਨ ਚੱਕ ਦੇ ਤਿੰਨ ਕੁ ਮਹੀਨੇ ਮੈਨੂੰ ਕਹਿੰਦੀ ਮੈਂ ਵੀ ਲੈਣਾ ਮੇਰੇ ਕੋਲ ਹੀਲ ਵਾਲਾ ਪਰਫਿਊਮ ਛੋਟਾ ਕੀ ਬਹੁਤ ਆ ਨਿਕਲ ਗਏ ਤੇ ਹੁਣ ਅਸੀਂ ਚੱਲੇ ਘੁੰਮ ਕੇ ਘਰੇ ਰੂਮੀ ਦਾ ਫੋਨ ਆਲਰੇਡੀ ਆ ਗਿਆ ਕਿਉਂਕਿ ਅਸੀਂ ਲੇਟ ਹੋ ਗਏ ਇਹ ਚਰਚਨ ਚ ਵੜ ਗਏ ਸ਼ੋਪਿੰਗ ਵਾਸਤੇ ਦੇਖਣ ਲੱਗ ਗਏ ਜੋ ਕਿ ਪਲਾਨ ਦੇ ਵਿੱਚ ਨਹੀਂ ਸੀਗਾ ਪਲਾਨ ਦੇ ਵਿੱਚ ਸੀਗਾ ਇਕੱਲਾ ਕੇਕ ਲੈਣਾ ਤੇ ਫਲਾਰਸ ਲੈਣੇ ਸ਼ੋਪਿੰਗ ਵਿੱਚ ਹੈ ਨਹੀਂ ਸੀਗੀ ਸ਼ੋਪਿੰਗ ਵਿੱਚ ਰਾਤ ਗਈ ਆ ਮੇਰਾ ਕੰਮ ਸਰ ਗਿਆ ਤੇਰਾ ਕੰਮ ਸਰ ਗਿਆ ਸੌਖਾ ਕਰਤਾ ਤੈਨੂੰ ਕੱਲ ਨੂੰ ਮੈਨੂੰ ਸ਼ਿਫਟ ਤੋਂ ਬਾਅਦ ਜਾਣਾ ਪੈਣਾ ਸੀ ਵਧੀਆ ਮੈਂ ਦਿੰਦੀ ਨਹੀਂ ਪਰ ਅੱਜ ਨਹੀਂ ਮਿਲਦਾ ਬਰਥਡੇ ਵਾਲੇ ਦਿਨ ਮਿਲੂਗਾ ਜਿਸ ਨੂੰ ਪਾਰਟੀ ਹੋ ਗਈ ਇੱਕ ਹੱਥ ਦੇ ਇੱਕ ਹੱਥ ਲੈ ਪਾਰਟੀ ਦੇ ਗਿਫਟ ਲੈ ਤਾਂ ਪਹਿਲਾਂ ਤਾਂ ਬਹੁਤ ਬਹੁਤ ਵਧਾਈਆਂ ਤੁਹਾਨੂੰ ਤੁਹਾਡੀ ਨਵੀਂ ਗੱਡੀ ਦੀਆਂ ਇੱਥੇ ਪਤਾ ਲਾ ਜਾਂਦਾ ਵੀ ਕੋਮਲ ਦੀ ਗੱਡੀ ਆ ਵਿੱਚ ਭਾਂਡਾ ਵੀ ਆ ਕਾਰ ਜੀ ਕਿੰਨੀ ਕਿਊਟ ਹੈ ਇਹ ਕੀ ਆ ਕਾਰ ਰੱਖੀ ਆ ਵਿੱਚ ਓਕੇ ਸੋ ਅੱਜ ਮੈਂ ਜਾਊਂਗੀ ਪਹਿਲੀ ਵਾਰੀ ਕੋਮਲ ਦੀ ਗੱਡੀ 'ਚ ਕੋਮਲ ਦੇ ਨਾਲ ਇਸ ਦਿਨ ਤਾਂ ਮੈਨੂੰ ਬਹੁਤ ਇੰਤਜ਼ਾਰ ਥਾ ਕੋਮਲ ਸਹੀ ਗੱਲ ਆ ਹੈਨਾ ਇੰਦਰ ਨੂੰ ਵੀ ਸਾਡੇ ਪਿੱਛੇ ਲਾ ਲਈ ਚੱਕਿਆ ਸੀ ਮੈਨੂੰ ਇਹ ਵੀ ਬੜਾ ਚੱਕਰਾ ਪਤਾ ਨਹੀਂ ਸੀਰੀਅਸ ਜੇ ਮਰਜ਼ੀ ਜਿਵੇਂ ਤੁਸੀਂ ਕੰਫਰਟੇਬਲ ਹੋ ਵੈਲਕਮ ਟੂ ਆਸਟ੍ਰੇਲੀਆ ਇੱਕ ਘੱਟ ਮੰਮਾ ਤੁਸੀਂ ਲਾਉਣਾ ਮੰਮੀ ਦੇ ਮੂੰਹ ਤੇ ਖੁਸ਼ਹਾਲੀ ਦੇਖੋ ਕੇਕ ਦੇ ਹੁਣ ਘਰ ਜਾ ਰਹੇ ਸੀਗੇ ਕੋਮਲ ਉਹਨਾਂ ਦੇ ਘਰ ਤੋਂ ਤੇ ਬਹੁਤ ਵਧੀਆ ਲੱਗਿਆ ਜਦੋਂ ਉਹਦੇ ਪੇਰੈਂਟਸ ਨੂੰ ਦੇਖਦੇ ਆ ਨਾ ਬਹੁਤ ਵਧੀਆ ਲੱਗਦਾ ਹਨਾ ਬਟ ਅਸੀਂ ਅਕਸਰ ਸੁਣਦੇ ਆ ਹਨਾ ਛੇਤੀ ਸੋਚ ਰਹੇ ਆ ਛੇਤੀ ਬੁਲਾਵਾਂਗੇ ਜਲਦ ਹੀ
ਯੈਸ ਐਂਡ ਅਸੀਂ ਵੀ ਛੇਤੀ ਬੁਲਾਵਾਂਗੇ ਮੈਂ ਤਾਂ ਬੁਲਾਉਣਾ ਤਾਂ ਬਹੁਤ ਚਿਰਦਾ ਸੀਗਾ ਇਹ ਘਰਦਿਆਂ ਨੂੰ ਕਹਿ ਕਹਿ ਕੇ ਜ਼ੋਰ ਲਾ ਲਿਆ ਸਾਡੇ ਘਰ ਦੇ ਪਾਸਪੋਰਟ ਨਹੀਂ ਬਣਾਉਂਦੇ ਸੀ ਡੈਡੀ ਨੂੰ ਜ਼ੋਰ ਲਾ ਡੈਡੀ ਪਾਸਪੋਰਟ ਬਣਾਉਣ ਵਾਲਾ ਪਾਸਪੋਰਟ ਬਣਾਉਂਦੇ ਨਹੀਂ ਸੀਗੇ ਕਹਿੰਦੇ ਸੀਗੇ ਵੀਜ਼ਾ ਲਵਾ ਲਓ ਮੈਂ ਡੈਡੀ ਵੀਜ਼ਾ ਤੁਹਾਡਾ ਰਾਸ਼ਨ ਕਾਰਡ ਤੇ ਲਓ ਪਾਸਪੋਰਟ ਤਾਂ ਬਣਾ ਲਓ ਬੜੀ ਮੁਸ਼ਕਿਲ ਨਾਲ ਤਾਂ ਉਹਨਾਂ ਦਾ ਪਾਸਪੋਰਟ ਬਣਾ ਕੇ ਲਿਆਂਦਾ ਹੁਣ ਤੇ ਪਾਸਪੋਰਟ ਬਣ ਗਏ ਨੇ ਤੇ ਮੰਮਾ ਨੂੰ ਵੈਸੇ ਹੁੰਦਾ ਵੀ ਘਰ ਦੀ ਟੈਨਸ਼ਨ ਹਨਾ ਪਰ ਅਸੀਂ ਉਹਨਾਂ ਨੂੰ ਬਹੁਤ ਬਹੁਤ ਜ਼ੋਰ ਲਾ ਕੇ ਕਹਿ ਕੇ ਐਵੇਂ ਤੁਸੀਂ ਆਉਣਾ ਹੀ ਆਉਣਾ ਬਾਕੀ ਇਧਰੋਂ ਮੇਰੇ ਮੰਮਾ ਦੀ ਹਜੇ ਜੋਬ ਚੱਲਦੀ ਆ ਬਟ ਉਹਨਾਂ ਤੋਂ ਵੀ ਅਸੀਂ ਡਾਕੂਮੈਂਟਸ ਵਗੈਰਾ ਮੰਗਵਾ ਲਏ ਨੇ ਤੇ ਹੁਣ ਜਸਟ ਅਸੀਂ ਪ੍ਰੋਸੈਸ ਸਟਾਰਟ ਕਰਨਾ ਆ ਸੋ ਜਿਹੜਾ ਸਾਡੇ ਪੇਰੈਂਟਸ ਦਾ ਵੀਜ਼ਾ ਉਹ ਅਸੀਂ ਆਪ ਹੀ ਅਪਲਾਈ ਕਰਾਂਗੇ ਬਿਕਾਜ਼ ਉਹ 'ਚ ਕੁਛ ਨਹੀਂ ਹੁੰਦਾ ਜਸਟ ਅਸੀਂ ਡਾਕੂਮੈਂਟਸ ਅਪਲਾਈ ਮਤਲਬ ਡਾਕੂਮੈਂਟਸ ਅਪਲੋਡ ਕਰਨੇ ਹੁੰਦੇ ਨੇ ਹਨਾ ਤੇ ਹੋਰ ਬਾਕੀ ਸਭ ਰੱਬ ਦੇ ਹੱਥ ਹੁੰਦਾ ਬਟ ਜਿਵੇਂ ਪੇਰੈਂਟਸ ਦਾ ਵੀਜ਼ਾ ਹੁੰਦਾ ਉਹਦੇ 'ਚ ਕੋਈ ਪ੍ਰੋਬਲਮ ਨਹੀਂ ਆਉਂਦੀ ਹੈਗੀ ਟੂਰਿਸਟ ਵੀਜ਼ੇ ਦੇ ਵਿੱਚ ਬ੍ਰਦਰ ਸਿਸਟਰ ਦੇ ਵੀਜ਼ੇ 'ਚ ਆ ਸਕਦੀ ਹੈ ਪ੍ਰੋਬਲਮ ਮਮ ਡੈਡ ਦੇ 'ਚ ਨਹੀਂ ਹਾਂ ਪੇਰੈਂਟਸ ਤੇ ਆ ਹੀ ਜਾਂਦੇ ਆ ਬਾਕੀ ਕੋਈ ਤਵਾਰ ਮਾੜੇ ਟਾਈਮ ਦਾ ਵੀ ਪਤਾ ਵੀ ਨਹੀਂ ਹੁੰਦਾ ਜੇ ਸੀਜ਼ਨ ਕਹਿ ਦੀ ਵੀ ਨਹੀਂ ਆਉਂਦੀ ਤਾਂ ਆ ਜਾਵੇ ਤਾਂ ਇਹ ਕੋਈ ਉਹ ਨਹੀਂ ਹੁੰਦਾ ਤੇ ਬਾਕੀ ਮੈਕਸਿਮਮ ਮੋਸਟ ਆਫ ਦਾ ਟਾਈਮ ਨਹੀਂ ਆਉਂਦਾ ਮੋਸਟ ਆਫ ਦਾ ਟਾਈਮ ਕੋਈ ਪ੍ਰੋਬਲਮ ਨਹੀਂ ਆਉਂਦੀ ਈਜ਼ੀਲੀ ਪੇਰੈਂਟਸ ਦਾ ਵੀਜ਼ਾ ਆ ਜਾਂਦਾ ਹੋ ਫੋਰ ਦਾ ਬੈਸਟ ਜਲਦੀ ਆ ਜਾਣਾ ਸਾਡੇ ਪੇਰੈਂਟਸ ਵੀ ਸਾਡਾ ਵੀ ਦਿਲ ਕਰਦਾ ਸਾਡੇ ਮੰਮੀ ਡੈਡੀ ਹੋਰੇ ਆ ਜਾਣ ਬਾਕੀ ਨਾ ਕਾਫੀ ਪੇਰੈਂਟਸ ਦਾ ਸਪੈਸ਼ਲੀ ਡੈਡੀਜ਼ ਦਾ ਦਿਲ ਨਹੀਂ ਲੱਗਦਾ ਹੁੰਦਾ ਉਰੇ ਜਿਵੇਂ ਉਹਨਾਂ ਨੂੰ ਇੰਡੀਆ ਵਾਲਾ ਮਾਹੌਲ ਜ਼ਿਆਦਾ ਪਸੰਦ ਹੁੰਦਾ ਹਨਾ ਮੰਮੀਆਂ ਦਾ ਲੱਗ ਜਾਂਦਾ ਮੰਮੀਆਂ ਦਾ ਦਿਲ ਲੱਗਣ ਦਾ ਰੀਜ਼ਨ ਕੀ ਵੀ ਹੈ ਉਹ ਵੈਸੇ ਵੀ ਘਰ ਹੀ ਰਹਿੰਦੇ ਸੀਗੇ ਉੱਥੇ ਹਾਂ ਤੇ ਡੈਡੀਆਂ ਤੇ ਥੋੜਾ ਹੀ ਹੁੰਦਾ ਕਿ ਡੈਡੀਆਂ ਨੂੰ ਹੁੰਦਾ ਕਿ ਇੱਧਰ ਚਲ ਗਏ ਉੱਧਰ ਚਲ ਗਏ ਤੇ ਮੰਮੀਆਂ ਮੋਸਟ ਆਫ ਦਾ ਟਾਈਮ ਹਾਊਸ ਵਾਈਫਸ ਹੁੰਦੀਆਂ ਨੇ ਤੇ ਉਹਨਾਂ ਦਾ ਦਿਲ ਲੱਗ ਜਾਂਦਾ ਬਿਲਕੁਲ ਬਟ ਡੈਡੀਜ਼ ਦਾ ਥੋੜਾ ਜਿਹਾ ਔਖਾ ਲੱਗਦਾ ਉਧਰੋਂ ਜਿਵੇਂ ਡੈਡੀ ਜੀ ਨੇ ਪਿੰਡ ਤੋਂ ਉਹਨਾਂ ਦਾ ਮਨ ਥੋੜਾ ਜਿਹਾ ਔਖਾ ਲੱਗ ਸਕਦਾ ਉਰੇ ਪਰ ਜਿਵੇਂ ਮੇਰੇ ਇਧਰੋਂ ਪਾਪਾ ਨੇ ਜਿਹੜੇ ਪਟਿਆਲੇ ਵਾਲੇ ਪਾਪਾ ਨੇ ਉਹ ਉਹਨਾਂ ਦਾ ਦਿਲ ਲੱਗ ਸਕਦਾ ਕਿਉਂਕਿ ਉਹ ਬਹੁਤ ਹੀ ਜ਼ਿਆਦਾ ਨਾ ਕਹਿ ਲਓ ਕਿ ਆਊਟ ਗੋਇੰਗ ਜੇ ਨੇ ਹੁਣ ਆਪਾਂ ਕਿੱਥੇ ਆ ਗਏ ਗੱਡੀ ਤੋਂ ਹੁਣ ਠੀਕ ਆ ਉਰੇ ਇੱਕ ਤਾਂ ਮੈਨੂਅਲ ਹੁੰਦੀ ਹੈ ਚਲੋ ਮੈਨੂਅਲ ਤਾਂ ਹੁਣ ਕੀ ਕਰਨੀ ਹੈ ਹਨੇਰਾ ਹੋ ਗਿਆ ਮੈਨੂਅਲ ਕਰਨੀ ਔਖੀ ਲੱਗਦੀ ਮੈਨੂੰ ਤੇ ਇੱਕ ਆਟੋਮੈਟਿਕ ਬ੍ਰਸ਼ ਵਾਲੀ ਹੁੰਦੀ ਆ ਤੇ ਇੱਕ ਇਹ ਹੁੰਦੀ ਆ ਜਿਹੜੀ ਬ੍ਰਸ਼ ਵਾਲੀ ਹੁੰਦੀ ਹੈ ਨਾ ਉਹ ਕਈ ਵਾਰ ਸਕ੍ਰੈਚ ਪਾ ਦਿੰਦੀ ਆ ਇਹ ਲੇਜ਼ਰ ਵਾਲੀ ਇਹ ਨਹੀਂ ਸਕ੍ਰੈਚ ਪਾਉਂਦੀ ਹੈਗੀ ਇਹ ਟੱਚ ਫਰੀ ਵਾਸ਼ ਆ ਇਹ ਸਹੀ ਰਹਿੰਦੀ ਆ ਇਹ ਉਨੀ ਚੰਗੀ ਤਰ੍ਹਾਂ ਤਾਂ ਨਹੀਂ ਸਾਫ਼ ਕਰਦੀ ਜਿੰਨੀ ਚੰਗੀ ਤਰ੍ਹਾਂ ਤੁਸੀਂ ਹੱਥ ਨਾਲ ਕਰ ਸਕਦੇ ਹੋ ਬਟ ਜਦੋਂ ਬੰਦਾ ਲੇਜ਼ੀ ਹੋਵੇ ਜਿਸ ਟਾਈਮ ਤੁਸੀਂ ਕਰ ਸਕਦੇ ਹੋ ਸੋ ਹੁਣ ਰਾਤ ਦੇ 1:30 ਵੱਜ ਰਹੇ ਨੇ ਹੁਣ ਹੱਥ ਗੱਡੀ ਪਿੱਛੇ ਜਾ ਰਹੀ ਆ ਨਹੀਂ ਉਦਾਂ ਹੀ ਲੱਗਦਾ ਹੋਰ ਅੱਗੇ ਪਿੱਛੇ ਲੱਗਿਆ